ਤੁਸੀਂ ਆਏ ਸੀ ਇੱਥੇ? ਹਾਂ ਫਿਰ ਤੇ ਬਾਈ ਨੂੰ ਤੁਸੀਂ ਦੇਖਿਆ ਸੀਗਾ? ਹਾਂ ਦੇਖਿਆ ਸੀ, ਵਿੱਚ ਲੰਮਕਾ ਪਿਆ ਸੀ। ਅੱਛਾ ਬਾਈ, ਇਹ ਉਹ ਜਗ੍ਹਾ ਹੈ ਜਿਸ ਥਾਂ ਤੇ ਬਾਈ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਨਾਲ ਮਾਰਿਆ ਗਿਆ। ਉਸ ਦੀ ਗੱਡੀ ਦੇ ਦੋਵਾਂ ਪਾਸੇ ਦੋ ਗੱਡੀਆਂ ਨੇ ਆ ਕੇ ਅੱਗਿਓਂ ਘੇਰ ਲਿਆ ਅਤੇ ਗੱਡੀ ਦੇ ਉੱਤੇ ਚੜ੍ਹ ਕੇ ਉਹਨਾਂ ਨੇ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। 7-8 ਗੋਲੀਆਂ ਮਾਰੀਆਂ ਗੱਡੀ ਦੇ ਉੱਤੇ ਚੜ੍ਹ ਕੇ। ਸੜਕ ਦੇ ਉੱਤੇ ਲਹੂ ਲੁਹਾਨ ਅਤੇ ਪੈਟਰੋਲ ਵੀ ਗੱਡੀ ਦਾ ਡੁੱਲਿਆ ਸੀ। ਆਪਾਂ ਸੁਣਦੇ ਹਾਂ ਸਾਰਾ ਕੁਛ ਇਹਨਾਂ ਵੀਰਾਂ ਕੋਲੋਂ। ਦਿਨ ਦਿਹਾੜੇ ਬਿਨਾਂ ਕਿਸੇ ਡਰ ਤੋਂ ਗੋਲੀਆਂ ਨਾਲ ਇੱਕ ਮਾਂ ਦਾ ਇਕਲੌਤਾ ਪੁੱਤਰ ਮਾਰਿਆ ਗਿਆ। ਆ ਕੰਧ ਦੇ ਵਿੱਚ ਵੀ ਗੋਲੀਆਂ ਵੱਜੀਆਂ ਅਤੇ ਆਪਾਂ ਸੁਣਦੇ ਹਾਂ ਇਹਨਾਂ ਵੀਰਾਂ ਕੋਲੋਂ ਜਿਨ੍ਹਾਂ ਨੇ ਅੱਖੀਂ ਵੇਖਿਆ ਇਹ ਇੱਕ ਮਾਂ ਦਾ ਪੁੱਤ ਜਿਹੜਾ ਵਿਛੜ ਗਿਆ। ਤੁਸੀਂ ਹੈਗੇ ਸੀ ਉਦੋਂ ਰੇ? ਨਾ ਵੀਰੇ, ਇੱਥੇ ਖੇਤ 'ਚ ਸੀ। ਪਤਾ ਕਿਵੇਂ ਲੱਗਿਆ ਫਿਰ ਬਾਈ? ਬਾਈ ਉਹਦਾ ਜਦੋਂ ਪੜਾਕਿਆਂ ਵਾਂਗੂ ਗੋਲੀਆਂ ਚੱਲਣ ਲੱਗ ਗਈਆਂ, ਫਿਰ ਭੱਜ ਗਿਆ। ਇੱਕੋ ਲਖਤ ਤਾਂ ਹੈ ਨਾ, ਮਾਂਜਾ ਚੌਂਕ ਆਉਣਾ ਵੀ ਪਤਾ ਨਹੀਂ ਕੀ ਹੋ ਗਿਆ। ਹਾਂ ਵੀ ਕਿਤੇ ਆਮ ਵਿਆਹ ਵਾਲੇ ਪੜਾਕੇ ਪੈਂਦੇ ਆ। ਹੁਣ ਜਦੋਂ ਮਤਲਬ ਵੀ ਹੋ ਗਿਆ ਸੀ, ਉਦੋਂ ਬਾਅਦ ਬਾਈ ਦਾ ਕਤਲ ਕੀਤੇ? ਬਾਈ ਦੇ ਨਾਲ ਹੋਰ ਵੀ ਕੋਈ ਬੰਦਾ ਸੀ ਨਾਲ ਗੱਡੀ 'ਚ? ਦੋ ਬੰਦੇ ਹੈਗੇ ਸੀਗੇ, ਉਹਦੇ ਬੋਡੀਗਾਰਡ ਜੇ। ਦੋ ਬੋਡੀਗਾਰਡ ਸੀ ਉਹਨਾਂ ਦੇ ਵੀ ਫਾਇਰ ਵੱਜੇ। ਅੱਛਾ, ਤੇ ਉਹਨਾਂ ਦੇ ਵੀ ਫਾਇਰ ਵੱਜੇ? ਹਾਂ, ਉਹਨਾਂ ਦੀ ਮੈਨੂੰ ਲੱਗਦਾ ਡੈਡ ਹੋ ਗਈ ਨਾ ਬਾਈ? ਨਾ ਨਾ, ਬਚ ਗਏ। ਇੱਥੋਂ ਤਾਂ ਉਹ ਠੀਕ ਗਏ ਆ ਕਿ ਚੰਡੀਗੜ੍ਹ ਭੇਜਤੇ ਸੀ? ਚੰਡੀਗੜ੍ਹ ਭੇਜਤੇ ਸੀ, ਸੁਣਿਆ ਸੀ ਬਾਈ, ਮੈਂ ਸੁਣ ਚ ਆਇਆ ਸੀ, ਕਹਿੰਦੇ ਉਹ ਵੀ ਡੈਡ ਹੋ ਗਏ। ਡੈਡ ਹੋ ਗਏ? ਹਾਂ, ਸੁਣ ਬਾਈ ਹੋ ਗਏ। ਹੁਣ ਇਹ ਤਾਂ ਇੱਥੇ ਰਾਹ 'ਚ ਹੀ ਜਾਂਦਾ ਹੋ ਗਿਆ ਸੀਗਾ, ਗੱਡੀ 'ਚ ਹੀ ਖਤਮ ਹੋ ਗਿਆ ਸੀ। ਅੱਛਾ, ਗੱਡੀ 'ਚ ਖਤਮ ਹੋ ਗਿਆ ਸੀ ਬਾਈ? ਹਾਂ। ਪਤਾ ਕੁਛ ਕਿੰਨੀਆਂ ਕੁ ਗੋਲੀਆਂ ਜਿਹੜੇ ਬਾਈ ਦੇ ਵੱਜੀਆਂ ਸੀ? ਗੋਲੀਆਂ ਤਾਂ 15-16 ਵੱਜੀਆਂ ਹੋਣੀਆਂ। 15-16? ਹਾਂ। ਤੇ ਘੇਰਾ ਕਿਵੇਂ ਪਾਲਿਆ ਸੀ ਬਾਈ ਨੂੰ, ਪਤਾ ਹੋਵੇ ਜੇ? ਪਤਾ ਨਹੀਂ, ਇੱਧਰੋਂ ਆਈ ਸੀ ਗੱਡੀ। ਅੱਛਾ, ਮਗਰ ਹੋਣਗੇ ਉਹਨਾਂ ਦੇ ਭਰਾਵਾ, ਇੱਥੇ ਹੌਲੀ ਹੋ ਗਈ, ਉਹ ਅੱਗੇ ਕਰਕੇ ਗਾਹਾਂ ਰੋਕ ਲਈ ਉਹਨਾਂ ਨੇ ਗੱਡੀ। ਅੱਛਾ, ਮਤਲਬ ਵੀ ਅੱਗੋਂ ਪਿੱਛੋਂ ਘੇਰਾ ਪਾਲਿਆ ਸੀ ਬਾਈ ਨੂੰ? ਹਾਂ। ਠੀਕ ਆ, ਤੇ ਬਾਈ ਤੁਸੀਂ ਵੀ ਬਾਅਦ 'ਚ ਆਇਓ? ਨਹੀਂ ਵੀਰੇ, ਮੈਂ ਤਾਂ ਉਹ ਪੰਪ ਨਹੀਂ ਬਣਾਲੇ ਕਿ ਨਹੀਂ। ਅੱਛਾ, ਉੱਥੇ ਸੀ ਉਹਦਾ। ਤੇ ਸੋਨੂੰ ਵੀ ਕੋਦਾਂ ਹੈ ਨਾ ਚੌਂਕਿਆ ਹੋਊਗੇ ਹੈ ਨਾ, ਜਦੋਂ ਇੱਕ ਵਾਰ ਗੋਲੀਆਂ ਚੱਲ ਗਈਆਂ ਤੇ ਪਤਾ ਨਹੀਂ ਕੀ ਹੋ ਗਿਆ ਹੈ ਨਾ, ਤੇ ਨਾਲ ਦੀ ਨਾਲ ਆ ਗਏ ਸੀ ਬਾਈ? ਹਾਂ, ਨਾਲ ਦੀ ਨਾਲ ਆ ਗਏ। ਅੱਛਾ, ਚਲੋ ਠੀਕ ਆ ਬਾਈ ਜੀ। ਇੱਧਰ ਕਿੱਥੇ ਵੱਜੀਆਂ ਸੀ? ਓਹੋ, ਬਾਈ ਕਹਿੰਦੇ ਇੱਧਰ ਵੀ ਗੋਲੀਆਂ ਵੱਜੀਆਂ ਨੇ ਅਤੇ ਤੁਹਾਨੂੰ ਨਿਸ਼ਾਨ ਵਿਖਾ ਦਿੰਦੇ ਹਾਂ। ਆਹ ਉੱਪਰ ਆ ਜਿਹੜਾ ਤੁਸੀਂ ਨਿਸ਼ਾਨ ਵੇਖਦੇ ਹੋ, ਇੱਥੇ ਵੀ ਜਿਹੜੀਆਂ ਗੋਲੀਆਂ ਚੱਲੀਆਂ ਨੇ ਯਾਰ। ਬਾਈ ਬਹੁਤ ਜ਼ਿਆਦਾ ਮਨ ਦੁਖੀ ਹੈ ਨਾ ਬਾਈ ਸਿੱਧੂ ਮੂਸੇਵਾਲਾ ਯਾਰ, ਪੰਜਾਬੀ ਇੰਡਸਟਰੀ 'ਤੇ ਸਭ ਤੋਂ ਉੱਤੇ ਜਿਹੜਾ ਬਾਈ ਇਸ ਟਾਈਮ ਚੱਲ ਰਿਹਾ ਸੀ, ਸ਼ਾਇਦ ਬਾਈ ਦੀ ਪ੍ਰਸਿੱਧੀ ਹੈ ਨਾ ਬਾਈ ਦੀ ਜਿਹੜੀ ਡੈਥ ਦਾ ਕਾਰਨ ਬਣ ਚੁੱਕੀ ਹੈ। ਅਤੇ ਯਾਰ ਉਹ ਮਾਂ ਬਾਪ ਬਾਰੇ ਸੋਚੋ ਹੈ ਨਾ, ਵੀ ਉਹਨਾਂ ਦਾ ਕੀ ਬਣੂਗਾ ਯਾਰ। ਇਸ ਮਾਂ ਦਾ ਘਰ ਹੀ ਸੁੰਨਾ ਹੋ ਗਿਆ, ਚਿਰਾਗ ਬੁੱਝ ਗਿਆ ਕਰਦਾ। ਸਿੱਧੂ ਮੂਸੇਵਾਲੇ ਦੀ ਆਤਮਾ ਦੀ ਸ਼ਾਂਤੀ ਵਾਸਤੇ ਇੱਕ ਵਾਹਿਗੁਰੂ ਜ਼ਰੂਰ ਲਿਖ ਦੇਣਾ ਪਲੀਜ਼, ਵਾਹਿਗੁਰੂ ਜ਼ਰੂਰ ਲਿਖ ਦੇਣਾ। ਰੈਸਟ ਇਨ ਪੀਸ ਸਿੱਧੂ ਮੂਸੇਵਾਲਾ।